ਅਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪ ਕੀਨੋ ਆਪਨ ਵਿਸਥਾਰ ਵਿਸਥਾਰ ਦਾ ਭਾਵ ਹੈ ਇਹ ਜੋ ਖਲਾਰਾ ਹੈ ਇੱਕ ਤੋਂ ਅਨੇਕ ਹੋਣਾ 84 ਲੱਖ ਜੂਨਾ ਨੇ ਇਹ ਕੁਦਰਤ ਹੈ ਖੰਡ ਬ੍ਰਹਿਮੰਡ ਨੇ ਇਹ ਜਿੰਨਾ ਵੀ ਫੈਲਾਓ ਹੈ ਕਹਿੰਦੇ ਉਹ ਜਿਹੜਾ ਪ੍ਰਮਾਤਮਾ ਹੈ ਉਸਨੇ ਆਪਣੇ ਆਪ ਤੋਂ ਹੀ ਇਹ ਸਾਰਾ ਜੋ ਖਲਾਰਾ ਹੈ ਦੁਨੀਆ ਦਾ ਬਣਾਇਆ ਹੈ ਜਿਵੇਂ ਇੱਕ ਬੀਜ ਤੋਂ ਰੁੱਖ ਪੈਦਾ ਹੁੰਦਾ ਹੈ ਰੁੱਖ ਦੀਆਂ ਕਿੰਨੀਆਂ ਡਾਲੀਆਂ ਨੇ ਕਿੰਨੇ ਪੱਤੇ ਨੇ ਇਉਂ ਪ੍ਰਮਾਤਮਾ ਇੱਕ ਤੋਂ ਅਨੇਕ ਹੈ ਬਟਕ ਬੀਜ ਮਹਿ ਰਾਵ ਰਹਿਓ ਜਾਂ ਕੋ ਤੀਨ ਲੋਕ ਵਿਸਥਾਰ ਬੋੜ ਦਾ ਰੁੱਖ ਸਭ ਨਾਲੋਂ ਵੱਡਾ ਹੁੰਦਾ ਹੈ ਜੇ ਬੋੜ ਦਾ ਬੀਜ ਵੇਖੋਗੇ ਤੇ ਕੁਝ ਵੀ ਨਹੀਂ ਹੈ ਕਹਿੰਦੇ ਜਿਵੇਂ ਬੀਜ ਵਿੱਚ ਬੋਹੜ ਹੈ ਤੇ ਬੋਹੜ ਦੇ ਰੁੱਖ ਵਿੱਚ ਬੀਜ ਹੈ ਇਦਾਂ ਪ੍ਰਮਾਤਮਾ ਇੱਕ ਵੀ ਹੈ ਬੀਜ ਦੀ ਨਿਆਈਂ ਤੇ ਬੋੜ ਦੀ ਨਿਆਈਂ ਅਨੇਕਤਾ ਵੀ ਹੈ ਬੜੀਆਂ ਡਾਲੀਆਂ ਨੇ ਬੜੇ ਫਲ ਫੁੱਲ ਨੇ ਸੋ ਇੱਕ ਤੋਂ ਅਨੇਕ ਹੈ ਇਹ ਉਹਦੇ ਦਾਇਰੇ ਦਾ ਵਿਸਥਾਰ ਹੈ ਇਹ ਖੰਡ ਬ੍ਰਹਿਮੰਡ ਉਹਦੀਆਂ ਹੀ ਡਾਲੀਆਂ ਨੇ ਇਹ ਜੀਵ ਜੰਤੂ ਉਹਦੇ ਹੀ ਪੱਤੇ ਨੇ ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਬ ਕਿਛ ਉਸ ਕਾ ਉਹ ਕਰਨਹਾਰੋ ਇਸ ਜਗਤ ਦੇ ਵਿੱਚ ਜੋ ਕੁਝ ਵੀ ਬਣਿਆ ਹੈ ਉਹਦਾ ਚਿੱਤਰਕਾਰ ਇੱਕ ਪਰਮਾਤਮਾ ਹੀ ਹੈ ਸਾਰੇ ਉਹਦੀ ਬਖਸ਼ਿਸ਼ ਦੇ ਨਾਲ ਹੀ ਪੈਦਾ ਹੁੰਦੇ ਨੇ ਉਹਦੇ ਹੁਕਮ ਵਿੱਚ ਹੀ ਮਿਟਦੇ ਨੇ ਹੀ ਇਜ਼ ਦਾ ਟ੍ਰੂ ਕ੍ਰੀਏਟਰ ਉਹਦੇ ਤੋਂ ਬਿਨਾ ਦੂਜਾ ਕੋਈ ਪੈਦਾ ਕਰਨ ਵਾਲਾ ਨਹੀਂ ਹੈ ਸੰਤ ਵੀ ਉਹਦੇ ਬਣਾਏ ਨੇ ਸਾਖਤ ਵੀ ਉਹਦੇ ਬਣਾਏ ਨੇ ਮੂਰਖ ਵੀ ਉਹਦੇ ਬਣਾਏ ਨੇ ਚਤੁਰ ਵੀ ਉਹਦੇ ਬਣਾਏ ਨੇ ਭਗਵਾਨ ਅਵਤਾਰ ਦੇਵਤੇ ਵੀ ਉਹਦੇ ਬਣਾਏ ਨੇ ਸ਼ੈਤਾਨ ਦੈਂਤ ਵੀ ਉਹਦੇ ਬਣਾਏ ਨੇ ਪਾਪ ਪੁੰਨ ਉਹਦੇ ਹੁਕਮ ਵਿੱਚ ਹੈ ਉਹ ਕਰਤਾ ਹੈ ਉਹ ਕਰਨਹਾਰ ਹੈ ਸ੍ਰਿਸ਼ਟੀ ਦਾ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਏਕ ਅਨੇਕ ਜੀਓ ਤੂੰ ਇੱਕ ਤੋਂ ਅਨੇਕ ਆਪ ਹੀ ਹੋ ਰਿਹਾ ਹੈ ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸਤੇ ਭਿੰਨ ਕਹੋ ਹੋ ਕਿਛ ਹੋਏ ਇਹチェ ਕੁਐਸਚਨ ਮਾਰਕ ਹੈ ਮਹਾਰਾਜ ਕਹਿੰਦੇ ਨੇ ਉਹਦੇ ਤੋਂ ਭਿੰਨ ਉਹਦੇ ਤੋਂ ਵੱਖਰਾ ਅਲੱਗ ਜੁਦਾ ਕੌਣ ਹੋ ਸਕਦਾ ਹੈ ਭਾਵ ਕੋਈ ਵੀ ਨਹੀਂ ਜਲ ਤਰੰਗ ਅਰਫੇਨ ਬੁਦਬੁਦਾ ਜਲ ਤੇ ਭਿੰਨ ਨਾ ਹੋਈ ਇਹੋ ਪਰਪੰਚ ਪਰ ਬ੍ਰਹਮ ਕੀ ਲੀਲਾ ਵਿਚਰਤ ਆਣ ਨਾ ਹੋਈ ਦੇਖੋ ਇੱਕ ਬੰਨੇ ਐ ਸਾਗਰ ਸਮੁੰਦਰ ਉਹਦੇ ਉੱਪਰ ਛਾਲਾਂ ਵੀ ਨੇ ਤੇ ਬੁਲਬਲੇ ਵੀ ਨੇ ਆਪਾਂ ਇਹ ਥੋੜੀ ਕਹਿ ਸਕਦੇ ਆਂ ਵੀ ਸਮੁੰਦਰ ਵਿੱਚ ਪਾਣੀ ਹੋਰ ਐ ਛਾਲਾਂ ਵਿੱਚ ਪਾਣੀ ਹੋਰ ਐ ਬੁਲਬਲਿਆਂ ਵਿੱਚ ਪਾਣੀ ਹੋਰ ਐ ਕਹਿੰਦੇ ਇਹ ਤਰਲ ਪਦਾਰਥ ਇਹ ਜਲ ਤਿੰਨਾ ਵਿੱਚ ਹੀ ਸਮਾਇਆ ਹੈ ਇਹ ਬੁਲਬਲੇ ਇਹ ਛੱਲਾ ਸਾਗਰ ਦਾ ਹੀ ਰੂਪ ਨੇ ਇਉਂ ਐਸਾ ਪਰਪੰਚ ਪਰਮਾਤਮਾ ਨੇ ਰਚਿਆ ਹੈ ਪੁੰਨੀ ਪਾਪੀ ਸੰਤ ਸਾਖਤ ਤੇ 84 ਲੱਖ ਜੂਨਾ ਇਹ ਪ੍ਰਕਿਰਤੀ ਇਹ ਕੁਦਰਤ ਸਾਰਿਆਂ ਵਿੱਚ ਪਰਮਾਤਮਾ ਸਮਾਇਆ ਹੈ ਜਿਵੇਂ ਸਮੁੰਦਰ ਇੱਕ ਤਰਫ ਤੇ ਵਿਰਾਟ ਰੂਪ ਹੈ ਬੜਾ ਅਪਾਰ ਹੈ ਦੂਸਰੀ ਤਰਫ ਛੋਟੇ ਛੋਟੇ ਬੁਲਬਲੇ ਵੀ ਸਮੁੰਦਰ ਦਾ ਹਿੱਸਾ ਨੇ। ਇਹੋ ਪ੍ਰਮਾਤਮਾ ਵਿਰਾਟ ਵੀ ਬੜਾ ਹੈ। ਦੂਸਰਾ ਅਸੀਂ ਜੀਵ ਜੰਤੂ ਸਾਰੇ ਬੁਲਬਲਿਆਂ ਦੀ ਨਿਆਈ ਉਸਤਾ ਹੀ ਰੂਪ ਹਾਂ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਥਾਨ ਥਨੰਤਰ ਇਕੈ ਸੋਏ ਥਾਨ ਕਿਹਾ ਜਾਂਦਾ ਹੈ ਟਿਕਾਣੇ ਨੂੰ, ਅਸਥਾਨ ਨੂੰ। ਵਿਸ਼ੇਸ਼ ਕਰਕੇ ਟਿੱਪਣੀ ਕਰ ਦਈਏ ਵੀ ਇਹ ਜਗਾ ਇਹ ਜਗਾ ਉਹ ਜਗਾ ਥਨਾਂਤਰ ਦਾ ਭਾਵ ਹੁੰਦਾ ਹੈ ਸਥਾਨ ਅੰਤਰ ਪਦਸ਼ੇਦ ਕਰ ਲਓ ਤੇ ਇਉਂ ਬਣੇਗਾ ਦੋ ਥਾਵਾਂ ਦੇ ਵਿਚਕਾਰਲਾ ਥਾਂ ਭਾਵ ਜੇ ਤੁਸੀਂ ਇਹ ਆਖੋ ਵੀ ਧਰਤੀ ਤੇ ਪਰਮਾਤਮਾ ਹੈ ਤਾਂ ਜਦੋਂ ਉਡਾਰੀ ਲਾਓ ਧਰਤੀ ਤੋਂ ਅਗਾਹ ਚਲੇ ਜਾਓ ਉਥੇ ਵੀ ਪਰਮਾਤਮਾ ਹੈ ਪਰ ਇਹਦੇ ਦਰਮਿਆਨ ਨਹੀਂ ਹੈ ਪਾਤਾਲ ਵਿੱਚ ਨਹੀਂ ਹੈ ਤੇ ਮਹਾਰਾਜ ਕਹਿੰਦੇ ਠੀਕ ਨਹੀਂ ਪਾਤਾਲ ਵਿੱਚ ਵੀ ਸਮਾਇਆ ਹੈ ਦਰਮਿਆਨ ਕੋਈ ਵੀ ਜਗਾ ਹੈ ਉਥੇ ਵੀ ਪਰਮਾਤਮਾ ਵਸਿਆ ਹੋਇਆ ਹੈ ਉਹਦੇ ਤੋਂ ਬਿਨਾ ਕੋਈ ਦੂਜਾ ਰੱਬ ਨਹੀਂ ਹੈ ਥਾਨ ਥੁਰੰਤਰ ਰਵ ਰਹਾ ਪ੍ਰਭ ਮੇਰਾ ਪਰ ਪੂਰ ਪਰਮਾਤਮਾ ਹਰ ਜਗ੍ਹਾ ਹੈ ਔਰ ਸੰਪੂਰਨ ਹੈ ਪੂਰਨ ਤੌਰ ਤੇ ਹੈ ਮੌਜੂਦ ਹੈ